सत श्री अकाल कल्याण टीवी पंजाब वेख रहे तुसी ते सूबे भर दे विच मंडियां दे विच झोने की खरीद ना होण दे चलदिआं किसान परेशान ने। तो उधर बठिंडा दे विच किसानां दे वल्लों धरना लगा दिता गया। दरअसल एक पासे किसानां दा कहना है कि 1 तरीक तो सरकार ने झोने की खरीद का वादा किया पर खरीद जिहड़ी आ उह सरकार वल्लों नहीं की जा रही। इस दे नाल ही किसानां ने वड्डे इल्जाम लगाए ने कि सरकार दे वल्लों जिहड़े कारपोरेट घराणे ने उहनां दे गोदाम भरन वास्ते इस तरीके नाल किसानां नूं खज्जल खुआर किया जा रहा तां जो अक के किसान आपे ही अपनियां फसलां उहनां कारपोरेट घराणियां दे गोदामां दे विच सिट्टण नूं मजबूर हो जांदे। इहनां दा कहना है कि किसान नूं परेशान किया जा रहा जिस दे चलदिआं कि हुण दुखी हो के ना प्रदर्शन किया। तो इसना तो यह कहना है कि सरकार जिहड़ी है वह कारपोरेट घराणियां दे पक्ष दे विच है ते किसानां नूं परेशान किया जा रहा। मंडियां दे विच झोने की खरीद नहीं हो रही, जिहड़े ढेर ने झोने दे वह मंडियां दे विच लग चुके ने ते किसान इस वेले काफ़ी परेशान ने। इस दे चलदिआं ही उन्हां अणमिथे समय दे लई इत्थे संघर्ष का ऐलान कर दिता। मेरा नाम गुरपाल सिंह, बीके जू एकता ग्राहां बठिंडे ब्लाक दा, मैं जरन सिद्ध हूं। ਇਹ ਝੋਨੇ ਦੀ ਖਰੀਦ ਦਾ ਮਾਮਲਾ ਜੀ ਜਿਹੜਾ ਦਿਨੋਂ ਦਿਨ ਜਾਣੀ 1 ਤਰੀਕ ਤੋਂ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਖਰੀਦ ਸ਼ੁਰੂ ਕਰਤੀ, ਪਰ ਅੱਜ 18 ਤਰੀਕ 'ਚ ਬੈਠੇ ਹਾਂ, ਨੱਕੋ ਨੱਕ ਮੰਡੀਆਂ ਭਰੀਆਂ ਹੋਈਆਂ, ਅਜੇ ਤਾਂ ਕੋਈ ਉਹ ਪੱਕੀ ਖਰੀਦ ਕਰ ਨਹੀਂ ਰਹੀ ਸਰਕਾਰ। ਅਤੇ ਜਾਣੀ 126 ਹੈ ਜਿਹੜਾ PR 126 ਝੋਨਾ, ਜਿਹੜੀ ਥੋੜ੍ਹੇ ਟਾਈਮ ਦੀ ਕਿਸਮ ਸੀ ਜਿਹੜੀ ਪ੍ਰਵਾਨਕ ਹੋਈ ਸੀ ਜਾਣੀ ਸਰਕਾਰ ਤੋਂ ਮਾਨਤਾ ਪ੍ਰਾਪਤ ਸੀ, ਉਹ ਕਹਿੰਦੇ ਇਹ ਲਾਓ ਇਹ ਬਹੁਤ ਥੋੜ੍ਹੇ ਸਮੇਂ 'ਚ ਪੱਕ ਜਾਂਦੀ ਹੈ। ਅਤੇ ਉਹ ਲਾਉਣ ਦੇ ਬਾਵਜੂਦ ਵੀ ਅੱਜ ਜਣੇ ਕਿਸਾਨ ਖੱਜਲ ਖੁਆਰ ਹੋ ਰਹੇ ਆ। ਉਹ ਕਹਿੰਦੇ ਅਸੀਂ ਇਹ ਲੈ ਨਹੀਂ ਸਕਦੇ, ਇਹਦੇ 'ਚ ਕਣੀਬੱਧ ਬਣਦੀ ਆ, ਟੁੱਟਬੱਧ ਬਣਦੀ ਆ, ਇਹਦਾ ਬਹਾਨਾ ਲਾ ਕੇ ਜਣੇ ਸਾਰੀ ਖਰੀਦ ਤੋਂ ਹੀ ਹੱਥ ਪਿੱਛੇ ਖਿੱਚਿਆ ਹੋਇਆ ਜੀ। ਐਂ ਕਹਿ ਲਗੇ ਤਾਂ ਸਰਕਾਰ ਬਿਲਕੁਲ ਹਾਂਜੀ ਹਾਂਜੀ ਸਰਕਾਰ ਹੀ ਬਣਦੀ ਆ ਜੀ ਮੌਕੇ ਦੀ। ਜੇ ਉਹ ਮਾਨਤਾ ਪ੍ਰਾਪਤ ਆ, ਸਰਕਾਰ ਨੇ ਉਹਦੀ ਸਿਫਾਰਿਸ਼ ਕਰੀ ਸੀ ਵੀ ਇਹ ਲਾਓ ਤੁਸੀਂ ਵੱਧ ਤੋਂ ਵੱਧ, ਤਾਂ ਫਿਰ ਹੁਣ ਤੁਹਾਡੇ ਸਾਹਮਣੇ ਆ ਲਗਾਤਾਰ ਜਾਣੀ 1 ਤਰੀਕ ਤੋਂ ਲੈ ਕੇ 18 ਤਰੀਕ ਤਾਈਂ ਨੱਕੋ ਨੱਕ ਮੰਡੀਆਂ ਭਰੀਆਂ। ਜਿਹੜੇ ਐਂ ਵੀ ਕਹਿ ਦਿੰਦੇ ਕਈ ਵਾਰੀ ਵੀ ਮੰਡੀਆਂ 'ਚ ਮਾਲ ਨਹੀਂ ਆਇਆ, ਆਪਣੇ ਤਾਂ ਹਜੇ ਥੋੜ੍ਹਾ ਜਿਹਾ 5-4 ਦਿਨਾਂ ਦਾ ਹੀ ਜ਼ਿਆਦਾ ਕੰਮ ਭਖਿਆ ਮੰਡੀਆਂ 'ਚ, ਪਰ ਉੱਥੇ ਤਾਂ 1 ਤਰੀਕ ਤੋਂ ਵੀ ਪਹਿਲਾਂ ਮਾਲ ਕੁਛ ਜ਼ਿਲ੍ਹਿਆਂ 'ਚ ਜਾਣੀ ਜਮ੍ਹਾਂ ਹੋਣ ਲੱਗ ਜਾਂਦਾ। ਉਹ ਹਜੇ ਤਾਂ ਹੀ ਜਾਣੀ ਉਹ ਆਈ ਲੋਕ ਵਿਲਕ ਰਹੇ ਆ, ਕਿਉਂਕਿ ਅਸਲ ਗੱਲ ਕਹਾਣੀ ਕੀ ਹੈ ਇਹ ਵੀ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਨੇ ਵੱਡੇ ਗਡਾਊਨ ਬਣਾਏ ਆ, ਸੀਲੋ ਗਡਾਊਨ ਵਰਗੇ ਡਾਨੀਆਂ ਪਾਨੀਆਂ ਨੇ, ਅਸਲ ਉਹਨਾਂ ਤੋਂ ਲੁੱਟ ਕਰਾਉਣੀ ਚਾਹੁੰਦੇ ਆ ਸਾਡੇ ਕਿਸਾਨਾਂ ਦੀ, ਪ੍ਰਾਈਵੇਟ ਸਿਸਟਮ ਚਾਲੂ ਕਰਨਾ ਚਾਹੁੰਦੇ ਆ ਇੱਥੋਂ ਸਰਕਾਰੀ ਅਦਾਰੇ ਨੂੰ ਜਾਣੀ ਦਾਅ ਤੇ ਲਾ ਕੇ ਸਾਰਾ ਕੁਛ। ਇਹ ਤਾਂ ਕਹਿੰਦੇ ਸੀ ਕਿ ਵੀ ਕਿਸਾਨ ਪੱਕੀ ਸਰਕਾਰ ਹੈਗੀ, ਸਰਕਾਰ ਵੱਲੋਂ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ, ਦਾਣਾ ਦਾਣਾ ਚੱਕਿਆ ਜਾਊਗਾ ਤੇ ਹੁਣ ਸਾਰੇ ਜੋੜ ਰਹੇ ਹੈਗੇ। ਵੇਖੋ ਜੀ, ਕਹਿਣ ਦੀਆਂ ਗੱਲਾਂ, ਕਹਿਣੀ ਤੇ ਕਰਨੀ 'ਚ ਕਾਫੀ ਫਰਕ ਹੁੰਦਾ ਸਰਕਾਰ ਦੇ। ਅੱਜ ਤਾਂ ਆਪਾਂ ਪਿਛਲੇ ਮਹੀਨੇ ਚੰਡੀਗੜ੍ਹ ਜਾ ਕੇ ਆਏ ਹਾਂ, ਖੇਤੀ ਨੀਤੀ ਦਾ ਖਰੜਾ ਦਿੱਤਾ, ਉਹਨਾਂ ਨੇ ਵੀ ਭੇਜਿਆ ਵੀ ਅਸੀਂ ਇਹਦੇ 'ਚ ਬਹੁਤ ਸੋਧ ਕਰ ਰਹੇ ਹਾਂ, ਪਰ ਉਹ ਕਹਿਣ ਕਹਾਉਣ ਦੀਆਂ ਗੱਲਾਂ, ਇਕੱਲੀ ਕਾਗਜ਼ੀ ਕਾਰਵਾਈ ਆ। ਊਂ ਇਹਨਾਂ ਦੀ ਨੀਤ ਪਿੱਛੇ ਕੀ ਆ ਵੀ ਜਿਹੜੇ ਉਹ ਕਾਰਪੋਰੇਟ ਘਰਾਣੇ ਆ ਉਹਨਾਂ ਤੋਂ ਲੁੱਟ ਕਰਾਉਣ ਵਾਸਤੇ ਇਹਨੂੰ ਪ੍ਰਾਈਵੇਟ ਦਾਰਾ ਬਣਾਉਣਾ ਚਾਹੁੰਦੇ ਆ। ਜਿਹੜਾ ਸਰਕਾਰ ਨੇ ਮੰਡੀ ਬੋਰਡ ਬਣਾਇਆ ਹੋਇਆ, ਸਰਕਾਰੀ ਰੇਟ ਆਪਣੇ ਫਿਕਸ ਹੋਇਆ ਹੋਇਆ, ਉਹ ਰੇਟ 'ਤੇ ਜਾਣੀ ਐਂ ਲੱਗਦਾ ਇਹਨਾਂ ਨੂੰ ਵੀ ਨਹੀਂ ਚੱਕਣਾ ਸੀ। ਜੇ ਕਿਸਾਨ ਖੱਜਲ ਖੁਆਰ ਹੋਣਗੇ ਇਸ ਗੱਲੋਂ ਮਾਨਸਿਕ ਤੌਰ 'ਤੇ, ਉਹਨਾਂ ਨੂੰ ਐਂ ਲੱਗੂ ਵੀ ਸਾਡੀ ਤਾਂ ਜੀਰੀ ਐਤਕੀ ਖਤਮ ਆ, ਮੰਡੀਆਂ ਭਰੀਆਂ ਪਈਆਂ, ਵਾਹਣਾਂ 'ਚ ਹਜੇ ਵੱਢਣ ਵਾਲੀ ਜੀਰੀ ਬਹੁਤ ਪਈ ਆ, 80% ਅੰਗੂ ਪਈ ਆ। ਇਸ ਗੱਲ ਕਰਕੇ ਜਾਣੀ ਐਂ ਮਾਨਸਿਕ ਤੌਰ 'ਤੇ ਵੀ ਲੋਕਾਂ ਨੂੰ ਇਹ ਜਚਾਉਣਾ ਚਾਹੁੰਦੇ ਆ ਵੀ ਇੱਧਰ ਨਹੀਂ ਗੱਲ ਬਣਨੀ, ਪ੍ਰਾਈਵੇਟ ਵੇਚ ਲਓ, ਅਤੇ ਪ੍ਰਾਈਵੇਟ ਅਗਲੇ ਲੁੱਟ ਕਰਨ ਨੂੰ ਜਮ੍ਹਾਂ ਤਿਆਰ ਖੜ੍ਹੇ ਆ। ਇਸ ਗੱਲ ਕਰਕੇ ਬੀਕੇ ਚੂ ਏਕਤਾ ਗ੍ਰਾਹਾਂ ਨੇ ਤਹੱਈਆ ਕਰਿਆ ਵੀ ਇਹ 13 ਤਰੀਕ ਤੋਂ ਲੈ ਕੇ ਐਕਸ਼ਨ, ਪਹਿਲਾ ਸੰਕੇਤ ਦਿੱਤਾ ਸੀ ਰੇਲਵੇ ਟਰੈਕਾਂ 'ਤੇ, ਉਦੋਂ ਬਾਅਦ 17 ਤਰੀਕ ਨੂੰ ਕੱਲ੍ਹ ਜਾਣੀ ਇਹ ਸਾਰੇ ਟੋਲ ਫਰੀ ਹੋ ਗਏ, ਉਹ ਅਣਮਿੱਥੇ ਸਮੇਂ ਵਾਸਤੇ ਆ। ਅੱਜ ਜਾਣੀ ਆਪ ਦੇ ਵਿਧਾਇਕਾਂ ਦੇ ਅਤੇ BJP ਦੇ ਜਿੰਨੇ ਵਿਧਾਇਕ ਆ ਉਹਨਾਂ ਦੇ ਘਰਾਂ ਅੱਗੇ ਆਏ ਮੋਰਚੇ ਲੱਗ ਗਏ, ਇਹ ਵੀ ਅਣਮਿੱਥੇ ਸਮੇਂ ਵਾਸਤੇ ਆ, ਕਿਉਂਕਿ ਇਹ 3 ਵਿਸ਼ੇਸ਼ ਮੰਗਾਂ ਬਣਦੀਆਂ। ਸਾਨੂੰ ਐਂ ਜੇ ਲੱਗਦਾ ਵੀ ਝੋਨੇ ਦੀ ਜਿਹੜੀ ਖਰੀਦ ਆ ਉਹ ਹੋਵੇ ਸਾਰੇ ਦੀ, DAP ਖਾਦ ਆ ਜਿਹੜੀ ਕੁਛ ਕਿਸਾਨਾਂ ਨੂੰ ਮੁਹੱਈਆ ਹੋਈ ਆ ਥੋੜ੍ਹੀ ਬਹੁਤੀ, ਦੂਜੀ ਜਾਣੀ ਐਂ ਰੋਕੀ ਬੈਠੇ ਆ, ਕਿਉਂਕਿ ਤਾਂ ਤੋਂ ਅਦਾਰਾ ਇਹਨਾਂ ਦਾ FO ਦਾ ਇਹੋ ਜਿਹਾ ਜਿਹੜਾ ਇਹਨਾਂ ਦੇ ਆਪਦੇ ਅਦਾਰੇ ਬਣੇ ਹੋਏ ਆ ਵੱਡੀਆਂ ਫੈਕਟਰੀਆਂ, ਉਹ ਧੱਕੇ ਨਾਲ ਜਾਣੀ ਹੋਰ ਸਮੱਗਰੀ ਨਾਲ ਦੇ ਕੇ ਜਾਣੀ ਐਂ ਮਜਬੂਰ ਕਰ ਰਹੇ ਆ ਕਿਸਾਨਾਂ ਨੂੰ ਵੀ ਜੇ ਆਹ ਨਾਲ ਲਓਗੇ ਤੁਸੀਂ ਇਹਦੇ ਸਮਾਨ ਉਹ ਫਿਰ ਅਸੀਂ DAP ਦੇਵਾਂਗੇ, ਉਹਨਾਂ ਚਿਰ ਜਾਣੀ ਹੱਥ ਪਿੱਛੇ ਖਿੱਚਿਆ ਹੋਇਆ। ਇਸ ਗੱਲ ਕਰਕੇ ਝੋਨਾ ਵੀ ਸਾਡਾ ਬਾਹਾਂ 'ਚ ਵੀ ਰੁਲ ਰਿਹਾ, ਮੰਡੀਆਂ 'ਚ ਵੀ ਰੁਲ ਰਿਹਾ, ਕਣਕ ਦੀ ਵੀ ਐਤਕੀ ਲੇਟ ਆਊਗੀ, ਬਿਜਾਈ ਨਹੀਂ ਛੇਤੀ ਹੋਣੀ, DAP ਮੁਹੱਈਆ ਨਹੀਂ ਹੋਈ, ਜਾਣੀ ਐਂ ਕਾਫੀ ਪਰੇਸ਼ਾਨ ਆ ਲੋਕ ਇਸ ਗੱਲ ਕਰਕੇ, ਹੁਣ ਸੜਕਾਂ 'ਤੇ ਉਤਰਨ ਨੂੰ ਮਜਬੂਰ ਹੋਏ। ਲੱਗਦਾ ਵੀ ਇਹ ਲਾਗੂ ਕਰ ਦੇਣਗੇ, ਕਿਉਂਕਿ ਜੇ ਖਰੜਾ ਜਿਹੜਾ
एक साल पहला पेश करता थी। बिल्कुल जनतक हजे हम फिर एक साल बाद वेखो जी पिछले महीने च चंडीगढ़ लोग गए इन्हों का इजलास बैठा उत्थे उदो जानी मजबूर करिया सरकार नूं भी भाई यह खरड़ा तैयार होया जिहड़ा इहदे बारे दसो सानू वो जनतक हुण करिया वह भी जनतक करके उहदे ते किहड़ा अमल च लियाउंदे आ उहनूं अमल तां इहनां दा होर है आ अमल दिसी जांदा हुण जिहड़ा एक तरीक तो लेके खरीददा ऐ कहिंदे आ वी करांगे असीं विचे इह गल आ गई भी इहदे च टुट बंदी आ छिल्लर मालक लै नहीं रहे यानी कहिण दा मतलब इहनां दा पूरा ऐ धारिया होया वी किसानां नूं खज्जल खुआर करो ये आपे ही अक थक जाणगे ते ओ जिहड़ियां जमीनां ओह हौली हौली कारपोरेट घराणियां नूं समाउण दा जिहड़ा इहनां दा सिलसिला पहलां तो चल रिहा तिन काले कानूनां दे राही उहनूं ही होर जाणी मजबूत करन लगे होए ये अणमिथे समय ताईं जी धरना जारी है। अज शाम नूं फिर मीटिंग बैठनी है क्योंकि रोज़ जिलियां दी मीटिंग बहिंदी है उहदे च की तां तो साडा सूबे पद्धरा सद्दा आउंदा उहदे च की वाधा करना है क्योंकि जिन्ने इह कल दा टोलां दा अज वधायकां दे घरां आ के असीं बैठे हाँ बीजेपी दे आपदे यह तो लगातार चलूगा उदू वाधा की करना होर इहदी जानी मीटिंग हर रोज़ हुंदी है उहदे च की नवां एक्शन आउंदा उहदा असीं फिर इत्थे 3 बजे तो बाद कोई खुलासा करांगे।